ਹਾਥੀ ਕੇ ਦਾਂਤ ਦਿਖਾਣੇ ਕੇ ਔਰ ਖਾਣੇ ਕੇ ਔਰ। ਉਹ ਮੁਹਾਵਰਾ ਅੱਜ ਕੇਂਦਰ ਸਰਕਾਰ ਜੋ ਭਾਜਪਾ ਦੀ ਸਰਕਾਰ ਹੈ ਜਿਹਦੀ ਅਗਵਾਈ ਨਰਿੰਦਰ ਮੋਦੀ ਜੀ ਕਰ ਰਹੇ ਨੇ, ਇਹ ਇਨ ਬਿਨ ਇਹ ਮੁਹਾਵਰਾ ਇਹਨਾਂ 'ਤੇ ਲਾਗੂ ਹੁੰਦਾ। ਲੇਕਿਨ ਨਾਲ ਦੇ ਨਾਲ ਸਾਡੇ 'ਤੇ ਕੁਹਾੜਾ ਚੱਲ ਰਿਹਾ। ਅੱਜ ਜਾ ਕੇ ਦੇਖੋ ਹਰਿਦੁਆਰ ਦੇ ਵਿੱਚ ਕੀ ਗਿਆਨ ਗੋਦੜੀ ਗੁਰਦੁਆਰਾ ਉੱਥੇ ਹੈ, ਡਾਂਗ ਵਾਰ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ, ਮੰਗੂ ਮੱਠ ਗੁਰਦੁਆਰਾ, ਇਹ ਕਾਂਗਰਸ ਨੇ ਨਹੀਂ ਢਾਏ, ਇਹ ਭਾਜਪਾ ਨੇ ਢਾਏ। ਸਰਕਾਰ ਦਾ ਕੀ ਮਤਲਬ ਹੈ ਕਿ ਸਾਡੇ ਤਖਤਾਂ ਦੇ ਉੱਤੇ ਪ੍ਰਬੰਧਕ ਤੌਰ 'ਤੇ ਉੱਥੇ ਬੰਦੇ ਲਗਾਏ ਜਾਣ? ਕਾਲਾ ਕਾਨੂੰਨ ਹੈ, ਇਹ ਸਿੱਖਾਂ ਦੀ ਹੋਂਦ ਨੂੰ ਖਤਮ ਕਰਨ ਵਾਸਤੇ ਹੈ। ਆਲਰੇਡੀ ਜਿਹੜਾ ਭਾਜਪਾ ਦਾ ਹੈਗੀ ਹੈ ਅਤੇ ਕਾਂਗਰਸ ਜਿਹੜੀ ਹੈ, ਕਿਉਂਕਿ ਕਾਂਗਰਸ ਨੇ 1984 ਵਿੱਚ ਹਮਲਾ ਕੀਤਾ ਸੀਗਾ, ਤਖ਼ਤ ਦੇ ਉੱਤੇ ਤੋਪਾਂ ਟੈਂਕਾਂ ਨਾਲ ਚੜ੍ਹਾਈ ਕਰਦੇ ਸੀਗੇ, ਉਸ ਵੇਲੇ ਉਹਨਾਂ ਨੇ ਉਹਨੂੰ ਫਿਜ਼ੀਕਲੀ ਖਤਮ ਕੀਤਾ ਅਤੇ ਅੱਜ ਸਾਡੇ ਸਿਧਾਂਤ ਨੂੰ ਖਤਮ ਕੀਤਾ ਜਾ ਰਿਹਾ। ਕਿ ਅਗਰ ਸ਼੍ਰੀ ਰਾਮ ਮੰਦਰ ਜਿਹੜਾ ਅਯੋਧਿਆ 'ਚ ਬਣਿਆ ਹੈ, ਉਸ ਮੰਦਰ ਦੇ ਉੱਤੇ ਕੀ ਮੁਸਲਮਾਨਾਂ ਦਾ ਕੋਈ ਅਧਿਕਾਰੀ ਐਜ਼ ਏ ਪ੍ਰਬੰਧਕ ਲੱਗ ਸਕਦਾ? ਉੱਥੇ ਤਾਂ ਬ੍ਰਾਹਮਣ ਹੀ ਲੱਗੇਗਾ, ਉੱਥੇ ਬ੍ਰਾਹਮਣ ਹੀ ਲੱਗੇਗਾ, ਮੁਸਲਮਾਨ ਜਾ ਕਰਕੇ ਉੱਥੇ ਪ੍ਰਬੰਧਕ ਨਹੀਂ ਲੱਗ ਸਕਦਾ। ਫਿਰ ਸਿੱਖਾਂ ਦੇ ਤਖਤਾਂ ਦੇ ਉੱਤੇ ਇੱਕ ਗੈਰ ਸਿੱਖ ਕਿਵੇਂ ਲੱਗ ਸਕਦਾ ਹੈ? ਭਾਰਤੀ ਜਨਤਾ ਪਾਰਟੀ ਸਾਡੀ ਮਿੱਤਰ ਨਹੀਂ ਬਣ ਸਕਦੀ। ਉਹ ਜਿੰਨੇ ਮਰਜ਼ੀ ਨਰਿੰਦਰ ਮੋਦੀ ਜੀ ਆ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਡੰਡੋਤ ਕਰਕੇ ਮੱਥਾ ਵੀ ਟੇਕ ਲੈਣ, ਮੈਂ ਸਮਝਦਾ ਕਿ ਮਨ ਵਿੱਚ ਉਹਨਾਂ ਦੇ ਖੋਟ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਚਪਨ ਵਿੱਚ ਜੇ ਪੜ੍ਹਦੇ ਸੀਗੇ ਤਾਂ ਇੱਕ ਮੁਹਾਵਰਾ ਸੁਣਿਆ ਸੀਗਾ, ਹਾਥੀ ਕੇ ਦਾਂਤ ਦਿਖਾਣੇ ਕੇ ਔਰ ਖਾਣੇ ਤੇ ਔਰ। ਉਹ ਮੁਹਾਵਰਾ ਅੱਜ ਕੇਂਦਰ ਸਰਕਾਰ ਜੋ ਭਾਜਪਾ ਦੀ ਸਰਕਾਰ ਹੈ ਜਿਹਦੀ ਅਗਵਾਈ ਨਰਿੰਦਰ ਮੋਦੀ ਜੀ ਕਰ ਰਹੇ ਨੇ, ਇਹ ਇਨ ਬਿਨ ਇਹ ਮੁਹਾਵਰਾ ਇਹਨਾਂ 'ਤੇ ਲਾਗੂ ਹੁੰਦਾ। ਇਹ ਕਹਿੰਦੇ ਜ਼ਰੂਰ ਨੇ ਕਿ ਸਿੱਖ ਗੁਰੂਆਂ ਨੇ ਭਾਰਤ ਵਾਸਤੇ, ਹਿੰਦੁਸਤਾਨ ਵਾਸਤੇ ਬਹੁਤ ਕੁਝ ਕੀਤਾ। ਉਹਨਾਂ ਦਾ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾਂ ਵੀ ਮਨਾਉਂਦੇ ਨੇ, 550 ਸਾਲਾਂ 'ਤੇ ਵਚਨ ਵੀ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਦੇ ਕਿ ਅਸੀਂ ਬੰਦੀ ਸਿੰਘ ਛੱਡਾਂਗੇ। ਐਲਾਨਾਮੇ ਬਹੁਤ ਨੇ, ਲੇਕਿਨ ਨਾਲ ਦੇ ਨਾਲ ਸਾਡੇ 'ਤੇ ਕੁਹਾੜਾ ਚੱਲ ਰਿਹਾ। ਅੱਜ ਜਾ ਕੇ ਦੇਖੋ ਹਰਿਦੁਆਰ ਦੇ ਵਿੱਚ ਕੀ ਗਿਆਨ ਗੋਦੜੀ ਗੁਰਦੁਆਰਾ ਉੱਥੇ ਹੈ, ਉਹ ਇਤਿਹਾਸਿਕ ਗੁਰਦੁਆਰਾ ਹੈ। ਉਸ ਇਤਿਹਾਸਿਕ ਗੁਰਦੁਆਰੇ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਬ੍ਰਾਹਮਣਵਾਦ ਦੇ ਉੱਤੇ ਇੱਕ ਕੁਹਾੜਾ ਮਾਰਿਆ ਸੀਗਾ। ਉਹ ਸੂਰਜ ਦੀ ਪੂਜਾ ਕਰ ਰਹੇ ਸੀਗੇ ਅਤੇ ਸਾਡੇ ਗੁਰੂ ਨੇ ਕਿਹਾ ਨਹੀਂ, ਨਮੋ ਸੂਰਜ ਸੂਰਜੈ। ਅੱਜ ਸੂਰਜਾਂ ਦਾ ਵੀ ਜਿਹੜਾ ਕ੍ਰੀਏਟਰ ਹੈ ਅਸੀਂ ਉਸ ਨੂੰ ਨਮਸਕਾਰ ਕਰਦੇ ਹਾਂ। ਗਿਆਨ ਗੋਦੜੀ ਦੇ ਇਲਾਵਾ ਸਾਡੇ ਡਾਂਗ ਵਾਰ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ, ਮੰਗੂ ਮੱਠ ਗੁਰਦੁਆਰਾ, ਇਹ ਕਾਂਗਰਸ ਨੇ ਨਹੀਂ ਢਾਏ, ਇਹ ਭਾਜਪਾ ਨੇ ਢਾਏ, ਭਾਜਪਾ ਨੇ ਢਾਏ। ਹੁਣ ਇਹਨਾਂ ਨੇ ਕੀ ਕੀਤਾ ਕਿ ਵੀ ਇੱਕ ਕਾਨੂੰਨ ਬਣਾ ਕਰਕੇ 1956 ਵਿੱਚ ਜਿਹੜਾ ਕਾਨੂੰਨ ਸੀਗਾ ਤਖ਼ਤ ਹਜ਼ੂਰ ਸਾਹਿਬ ਵਾਸਤੇ, ਉਹਨਾਂ ਗੁਰਦੁਆਰਿਆਂ ਦੀ ਮੈਨੇਜਮੈਂਟ ਵਾਸਤੇ, ਉਹਦੇ ਵਿੱਚ ਤਬਦੀਲੀ ਕਰਕੇ ਉਹਨਾਂ ਨੇ ਕਿਹਾ ਕਿ ਵੀ ਨਵਾਂ ਬੋਰਡ ਬਣ ਗਿਆ ਔਰ ਉਹਦੇ ਵਿੱਚ 17 ਮੈਂਬਰ ਹੋਣਗੇ, 17 ਦੇ ਵਿੱਚੋਂ 12 ਬੰਦੇ ਸਰਕਾਰ ਦੇ ਹੋਣਗੇ। ਸਵਾਲ ਪੈਦਾ ਉੱਠਦਾ, ਕਿਉਂ ਹੋਣਗੇ ਸਰਕਾਰ ਦੇ? ਸਰਕਾਰ ਦਾ ਕੀ ਮਤਲਬ ਹੈ ਕਿ ਸਾਡੇ ਤਖਤਾਂ ਦੇ ਉੱਤੇ ਪ੍ਰਬੰਧਕ ਤੌਰ 'ਤੇ ਉੱਥੇ ਬੰਦੇ ਲਗਾਏ ਜਾਣ? ਕਿਉਂ? ਇਹ ਬਣਦਾ ਹੀ ਨਹੀਂ। ਜਦਕਿ ਇੱਕ ਪਾਸੇ
ਜਿਹੜਾ ਸੰਵਿਧਾਨ ਹੈ ਉਹ ਕਹਿੰਦਾ ਹੈ ਕਿ ਸਾਨੂੰ ਫਰੀਡਮ ਹੈ ਆਪਣੇ ਧਰਮ ਦੀ, ਰਿਲੀਜੀਅਸ ਫਰੀਡਮ ਦੀ ਗੱਲ ਕਰਦਾ ਹੈ। ਦੂਜੇ ਬੰਨੇ ਸਾਡੇ 'ਤੇ ਕਾਨੂੰਨ ਬਣਾਤੇ ਜਾਂਦੇ ਨੇ, ਔਰ ਪ੍ਰਬੰਧਕ ਜਿਹੜੇ ਨੇ ਉਹ ਅੱਜ ਤੋਂ 6 ਮਹੀਨੇ ਪਹਿਲਾਂ ਇੱਕ ਗੈਰ ਸਿੱਖ ਪ੍ਰਬੰਧਕ ਹਜ਼ੂਰ ਸਾਹਿਬ ਤਖ਼ਤ ਦੇ ਉੱਤੇ ਲਗਾਇਆ ਗਿਆ ਸੀਗਾ। ਸਿੱਖਾਂ ਨੇ ਰੋਸ ਪ੍ਰਗਟ ਕੀਤਾ ਅਤੇ ਉਹਦੇ ਬਾਅਦ ਉਹਨਾਂ ਨੇ ਇੱਕ ਸਿੱਖ ਨੂੰ ਉੱਥੇ ਪ੍ਰਬੰਧਕ ਦੇ ਤੌਰ 'ਤੇ ਲਗਾ ਦਿੱਤਾ। ਅੱਜ 17 ਦੇ ਵਿੱਚੋਂ 12, ਇਹਦਾ ਮਤਲਬ ਹੋ ਗਿਆ 2/3 ਉਹਨਾਂ ਦੇ ਮੈਂਬਰ ਬਣ ਗਏ। ਉਹ ਜਦ ਉਹਨਾਂ ਦੇ ਮੈਂਬਰ ਬਣ ਗਏ ਤਾਂ ਕਿਸੇ ਨੂੰ ਪਤਾ ਸਿੱਖਾਂ ਦੀ ਰਹਿਤ ਮਰਿਆਦਾ ਕੀ ਹੁੰਦੀ ਹੈ? ਇਹ ਲੱਗਦਾ ਹੋਂਦ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਤਖਤਾਂ ਦੇ ਉੱਤੇ ਹੁਣ ਹਮਲੇ ਸ਼ੁਰੂ ਹੋ ਗਏ ਨੇ। ਤਖਤਾਂ 'ਤੇ ਹਮਲੇ ਹੋਣ ਦਾ ਮਤਲਬ ਇਹ ਹੈ ਕਿ ਸਿੱਖਾਂ ਦੀ ਜਿਹੜੀ ਇਤਿਹਾਸ ਹੈ ਉਹਦੇ ਵਿੱਚੋਂ ਤਖਤ ਦਾ ਕੌਨਸੈਪਟ ਜਿਹੜਾ ਹੈ ਕੈਪਚਰ ਕਰ ਲਿਆ ਜਾਏ। ਹੁਣ ਕਬਜ਼ਾ ਕਰ ਲਿਆ ਕਾਨੂੰਨੀ ਤੌਰ ਦੇ ਉੱਤੇ। ਅਸੀਂ ਕਹਿੰਦੇ ਹਾਂ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਹੈ, ਲੇਕਿਨ ਇੱਥੇ ਕੀ ਹੋਇਆ, ਇੱਥੇ ਕਾਨੂੰਨ ਨੇ ਤਖਤ ਕਬਜ਼ੇ 'ਚ ਕਰ ਲਏ। ਸੋ ਐਸੇ ਇਹਨੂੰ ਕੀ ਕਹਾਂਗੇ, ਕਾਲਾ ਕਾਨੂੰਨ ਹੈ। ਇਹ ਸਿੱਖਾਂ ਦੀ ਹੋਂਦ ਨੂੰ ਖਤਮ ਕਰਨ ਵਾਸਤੇ ਹੈ। ਆਲਰੇਡੀ ਜਿਹੜਾ ਭਾਜਪਾ ਦਾ ਹੈਗੀ ਹੈ ਅਤੇ ਕਾਂਗਰਸ ਜਿਹੜੀ ਹੈ, ਕਿਉਂਕਿ ਕਾਂਗਰਸ ਨੇ 1984 ਵਿੱਚ ਹਮਲਾ ਕੀਤਾ ਸੀਗਾ, ਤਖਤ ਦੇ ਉੱਤੇ ਤੋਪਾਂ ਟੈਂਕਾਂ ਨਾਲ ਚੜ੍ਹਾਈ ਕਰਦੀ ਸੀਗੀ, ਉਸ ਵੇਲੇ ਉਹਨਾਂ ਨੇ ਉਹਨੂੰ ਫਿਜ਼ੀਕਲੀ ਖਤਮ ਕੀਤਾ। ਅਤੇ ਅੱਜ ਸਾਡੇ ਸਿਧਾਂਤ ਨੂੰ ਖਤਮ ਕੀਤਾ ਜਾ ਰਿਹਾ, ਸਾਡੀ ਪਹਿਚਾਣ ਨੂੰ ਖਤਮ ਕੀਤਾ ਜਾ ਰਿਹਾ। ਕਦੀ ਹੋ ਸਕਦਾ ਹੈ ਕਿ ਅਗਰ ਸ਼੍ਰੀ ਰਾਮ ਮੰਦਰ ਜਿਹੜਾ ਅਯੋਧਿਆ 'ਚ ਬਣਿਆ ਹੈ ਉਸ ਮੰਦਰ ਦੇ ਉੱਤੇ ਕੀ ਮੁਸਲਮਾਨਾਂ ਦਾ ਕੋਈ ਅਧਿਕਾਰੀ ਐਜ਼ ਏ ਪ੍ਰਬੰਧਕ ਲੱਗ ਸਕਦਾ? ਉੱਥੇ ਤਾਂ ਬ੍ਰਾਹਮਣ ਹੀ ਲੱਗੇਗਾ, ਉੱਥੇ ਬ੍ਰਾਹਮਣ ਹੀ ਲੱਗੇਗਾ, ਮੁਸਲਮਾਨ ਜਾ ਕਰਕੇ ਉੱਥੇ ਪ੍ਰਬੰਧਕ ਨਹੀਂ ਲੱਗ ਸਕਦਾ। ਫਿਰ ਸਿੱਖਾਂ ਦੇ ਤਖਤਾਂ ਦੇ ਉੱਤੇ ਇੱਕ ਗੈਰ ਸਿੱਖ ਕਿਵੇਂ ਲੱਗ ਸਕਦਾ ਹੈ? ਇਹ ਬੇਸਿਕਲੀ ਸਾਡੇ ਜਜ਼ਬਾਤਾਂ ਨਾਲ, ਸਾਡੇ ਸਿਧਾਂਤ ਨਾਲ, ਸਾਡੇ ਇਤਿਹਾਸ ਨਾਲ, ਸਾਡੇ ਆਦਰਸ਼ ਨਾਲ ਸਾਡੇ ਨਾਲ ਖੇਡ ਕੀਤੀ ਜਾ ਰਹੀ ਹੈ ਔਰ ਸਾਨੂੰ ਗੁਲਾਮ ਬਣਾ ਕੇ ਰੱਖਿਆ ਜਾ ਰਿਹਾ ਹੈ। ਅਗਰ ਅੱਜ ਸਿੱਖ ਕੌਮ ਜਿਹੜਾ ਹੈ ਜ਼ਬਰਦਸਤ ਤਰੀਕੇ ਨਾਲ ਰੋਸ ਪ੍ਰਗਟ ਨਹੀਂ ਕਰਦੀ ਤਾਂ ਮੈਂ ਸਮਝਦਾ ਹਾਂ ਕਿ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਜਿਹੜੇ 3 ਤਖਤ ਨੇ ਇਹਨਾਂ ਵਾਸਤੇ ਕੋਈ ਨਾ ਕੋਈ ਕਾਨੂੰਨ ਬਣਾ ਕਰਕੇ ਸਾਨੂੰ ਇਸੇ ਤਰੀਕੇ ਦੇ ਨਾਲ ਗੁਲਾਮ ਬਣਾ ਕੇ ਰੱਖਣ ਦੀ ਕੋਸ਼ਿਸ਼। ਪ੍ਰੋਫੈਸਰ, ਲੇਕਿਨ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਕੋਈ ਵੀ ਇਸ ਤਰ੍ਹਾਂ ਦਾ ਮੈਸੇਜ ਨਹੀਂ ਆ ਰਿਹਾ, ਤੁਸੀਂ ਪ੍ਰੈਸ ਕਾਨਫਰੰਸ ਵੀ ਕਰ ਰਹੇ ਹੋ, ਲੇਕਿਨ ਉਹਨਾਂ ਦੇ ਜਦੋਂ ਵੀ ਇਸ ਤਰ੍ਹਾਂ ਸਿੱਖ ਕੌਮ 'ਤੇ ਕੋਈ ਵੀ ਹਮਲਾ ਹੁੰਦਾ ਲੇਕਿਨ ਉਹਨਾਂ ਦਾ ਕੋਈ ਬਿਆਨ ਜਾਰੀ ਨਹੀਂ ਹੁੰਦਾ, ਕੀ ਕਾਰਨ ਸਮਝਦੇ ਹੋ ਤੁਸੀਂ? ਦੇਖੋ, ਇੱਕ ਤਾਂ ਰਘਵੀਰ ਸਿੰਘ ਸਾਹਿਬ ਵੱਲੋਂ ਬਿਆਨ ਆਇਆ ਪਹਿਲੀ ਗੱਲ ਤਾਂ, ਹੁਣ ਜਿਹੜਾ ਵੀ ਉਹਨਾਂ ਦਾ ਬਿਆਨ ਆਉਂਦਾ ਮੈਂ ਸਮਝਦਾ ਕਿ ਅਸੀਂ ਇੱਕ ਆਜ਼ਾਦ ਹਾਂ। ਜਥੇਦਾਰ ਜਗਤਾਰ ਸਿੰਘ ਹਵਾਰਾ ਬੇਸ਼ੱਕ ਉਹ ਤਿਹਾੜ ਜੇਲ੍ਹ 'ਚ ਨੇ, ਲੇਕਿਨ ਉਹ ਆਜ਼ਾਦ ਸ਼ੇਰ ਹੈ ਔਰ ਉਹਨਾਂ ਦਾ ਸੁਨੇਹਾ ਆਇਆ ਕਿ ਬਈ ਇਹ ਪ੍ਰੈਸ ਕਾਨਫਰੰਸ ਕਰੋ। ਬਾਪੂ ਗੁਰਚਰਨ ਸਿੰਘ ਨੂੰ ਸੁਨੇਹਾ ਆਇਆ, ਉਹਨਾਂ ਨੇ ਕਿਹਾ ਕਿ ਬਈ ਤੁਸੀਂ ਪ੍ਰੈਸ ਕਾਨਫਰੰਸ ਕਰੋ। ਇਹਦਾ ਮਤਲਬ ਕੀ ਹੈ ਕਿ ਜਥੇਦਾਰ ਅੰਦਰ ਬੈਠੇ, ਜਥੇਦਾਰ ਹਵਾਰਾ ਅੰਦਰ ਬੈਠੇ ਅਖਬਾਰਾਂ ਪੜ੍ਹ ਰਹੇ ਨੇ ਔਰ ਕਹਿ ਰਹੇ ਨੇ ਕਿ ਵੀ ਇਹ ਸਭ ਕੁਝ ਗਲਤ ਹੋ ਗਿਆ, ਸਾਡੀ ਸਿੱਖ ਕੌਮ ਨਾਲ ਗਲਤ ਹੋ ਰਿਹਾ। ਉਹ ਅੰਦਰ ਬੈਠਾ ਵੀ ਐਜ਼ ਏ ਜਥੇਦਾਰ ਆਪਣੀ ਡਿਊਟੀ, ਆਪਣੀ ਜ਼ਿੰਮੇਵਾਰੀ ਜਿਹੜੀਆਂ ਨੇ ਉਹ ਨਿਭਾ ਰਹੇ ਨੇ। ਬੇਸ਼ੱਕ ਉਹਨਾਂ ਨੇ ਅੰਦਰੋਂ ਪ੍ਰੈਸ ਕਾਨਫਰੰਸ ਨਹੀਂ ਕਰ ਸਕਦੇ, ਲੇਕਿਨ ਅਸੀਂ ਉਹਨਾਂ ਦੇ ਨੁਮਾਇੰਦੇ ਬਣ ਕੇ ਅਸੀਂ ਸਾਰੇ ਉਹਨਾਂ ਦੇ ਨੁਮਾਇੰਦੇ ਹਾਂ, ਅਸੀਂ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਹੈ ਨਿਭਾ ਰਹੇ ਹਾਂ ਔਰ ਇਸ ਜਿਹੜਾ ਕਾਨੂੰਨ ਬਣਾਇਆ ਗਿਆ ਇਸ ਨੂੰ ਅਸੀਂ ਮੂਲੋਂ ਰੱਦ ਕਰ ਰਹੇ ਹਾਂ। ਅਤੇ ਨਾਲ ਦੇ ਨਾਲ ਅਸੀਂ ਸਾਰੀ ਸਿੱਖ ਕੌਮ ਨੂੰ, ਚਾਹੇ ਉਹ ਵਿਦੇਸ਼ਾਂ 'ਚ ਬੈਠੇ ਨੇ, ਸਾਡੇ ਨਾਲ ਭੁਪਿੰਦਰ ਸਿੰਘ ਜੀ ਜਰਮਨੀ ਇਹ ਵਿਦੇਸ਼ 'ਚੋਂ ਆਏ ਨੇ, ਇਹ ਵੀ ਵਿਦੇਸ਼ ਦੀ ਭਾਵਨਾਵਾਂ ਲੈ ਕਰਕੇ, ਵਿਦੇਸ਼ੀਆਂ ਦੀ ਭਾਵਨਾਵਾਂ ਲੈ ਕਰਕੇ ਸਾਡੇ ਨਾਲ ਸ਼ਾਮਿਲ ਹੋਏ ਨੇ ਕਿ ਵੀ ਵਿਦੇਸ਼ ਦਾ ਸਿੱਖ ਵੀ ਇਸ ਨੂੰ ਰਿਜੈਕਟ ਕਰਦਾ,
ਅਸੀਂ ਵੀ ਰਿਜੈਕਟ ਕਰਦੇ ਨੇ, ਅਸੀਂ ਪੰਜ ਪਿਆਰੇ ਵੀ ਰਿਜੈਕਟ ਕਰ ਰਹੇ ਨੇ। ਸੋ ਭਾਵ ਕਹਿਣ ਦਾ ਲੋੜ ਹੈ, ਅੱਜ ਦੇਸ਼ ਵਿਦੇਸ਼ ਦੀਆਂ ਸੰਗਤਾਂ ਹਰ ਸ਼ਹਿਰ ਤੋਂ ਆਪਣਾ ਇੱਕ ਰੋਸ ਜਿਹੜਾ ਹੈ ਸਰਕਾਰ ਤੱਕ ਪਹੁੰਚਾਉਣ ਔਰ ਇਸ ਨੂੰ ਰੱਦ ਕਰਵਾਏ। ਸਿੱਖਾਂ ਵੱਲੋਂ ਵੱਖ ਵੱਖ ਜਥੇਬੰਦੀਆਂ ਬਣਾ ਲਈਆਂ, ਪਾਰਟੀਆਂ ਬਣਾਈ, ਕੀ ਇਸ ਗੱਲ ਦਾ ਫਾਇਦਾ ਸਰਕਾਰ ਚੱਕ ਰਹੀ ਹੈ? ਦੇਖੋ, ਵੱਖ ਵੱਖ ਪਾਰਟੀਆਂ ਹੋਣ ਦਾ ਮਤਲਬ ਇਹ ਨਹੀਂ ਹੈਗਾ, ਵੱਖ ਵੱਖ ਪਾਰਟੀਆਂ ਹੁੰਦੀਆਂ ਨੇ ਲੇਕਿਨ ਸਾਡੀ ਵਿਚਾਰਧਾਰਾ ਇੱਕ ਹੋਣੀ ਚਾਹੀਦੀ ਹੈ। ਔਰ ਵਿਸ਼ੇਸ਼ ਤੌਰ 'ਤੇ ਜਿਸਲੇ ਅੱਜ ਸਾਡੇ 'ਤੇ ਜੋ ਇੱਕ ਚੁਣੌਤੀ ਬਣੀ ਹੈ, ਸਾਨੂੰ ਸਰਕਾਰ ਨੇ ਵੰਗਾਰਿਆ ਹੈ ਇੱਕ ਪ੍ਰਕਾਰ ਦੇ ਨਾਲ, ਐਸੇ ਟਾਈਮ ਦੇ ਉੱਤੇ ਸਾਨੂੰ ਆਪਣੀ ਸੋਲੀਡੈਰਿਟੀ, ਸਾਨੂੰ ਆਪਣੀ ਏਕਤਾ ਜਿਹੜੀ ਹੈ ਦਿਖਾਉਣੀ ਚਾਹੀਦੀ ਹੈ, ਜਿਹਦੇ ਨਾਲ ਕਿ ਨਰਿੰਦਰ ਮੋਦੀ ਸਰਕਾਰ ਨੂੰ ਅਤੇ ਮਹਾਰਾਸ਼ਟਰ ਦੇ ਵਿੱਚ ਜਿਹੜੀ ਸ਼ਿਵ ਸੈਨਾ ਸਰਕਾਰ ਹੈ, ਭਾਈਵਾਲੀ ਜਿਹੜੀ ਹੈ ਬੀਜੇਪੀ ਦੀ ਹੈ, ਉਹਨਾਂ ਕੋਲ ਸੁਣਿਆ ਜਾਵੇ। ਔਰ ਮੈਂ ਅੰਤ ਵਿੱਚ ਇਹ ਵੀ ਕਹਾਂਗਾ ਕਿ ਸਿੱਖਾਂ ਦੇ ਵਾਸਤੇ ਕਾਂਗਰਸ ਐਂਡ ਬੀਜੇਪੀ ਇਹ ਇੱਕ ਸਿੱਕੇ ਦੇ ਦੋ ਪਹਿਲੂ ਨੇ, ਵੱਖਰੇ ਵੱਖਰੇ ਨੇ। ਇਹਨਾਂ ਦੇ ਵਿੱਚ ਜੇ ਮੈਂ ਇੰਗਲਿਸ਼ ਵਿੱਚ ਗੱਲ ਕਵਾਂ ਕਿ ਕਾਂਗਰਸ ਇਜ਼ ਅਗੇਂਸਟ ਦਾ ਸਿੱਖ ਐਂਡ ਬੀਜੇਪੀ ਇਜ਼ ਅਗੇਂਸਟ ਦਾ ਸਿੱਖਇਜ਼ਮ, ਤਾਂ ਮੈਨੂੰ ਲੱਗਦਾ ਹੈ ਕਿ ਇਹ 'ਚ ਸਾਰੀ ਗੱਲ ਮੁਕੰਮਲ ਹੋ ਜਾਂਦੀ ਹੈ। ਭਾਰਤੀ ਜਨਤਾ ਪਾਰਟੀ ਸਾਡੀ ਮਿੱਤਰ ਨਹੀਂ ਬਣ ਸਕਦੀ। ਔਰ ਜਿੰਨੇ ਮਰਜ਼ੀ ਨਰਿੰਦਰ ਮੋਦੀ ਜੀ ਆ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਡੰਡੋਤ ਕਰਕੇ ਮੱਥਾ ਵੀ ਟੇਕ ਲੈਣ, ਮੈਂ ਸਮਝਦਾ ਕਿ ਮਨ ਵਿੱਚ ਉਹਨਾਂ ਦੇ ਖੋਟ ਹੈ। ਇਸ ਕਰਕੇ ਅਸੀਂ ਇਸ ਕਾਨੂੰਨ ਨੂੰ ਮੁੱਢੋਂ ਰੱਦ ਕਰਦੇ। ਪ੍ਰੋਫੈਸਰ ਸਾਹਿਬ, SGPC ਦਾ ਰੋਲ ਤੁਸੀਂ ਸਮਝਦੇ ਹੋ ਕਿ ਘੱਟਦਾ ਜਾ ਰਿਹਾ, ਕਿਉਂਕਿ ਮੌਜੂਦਾ ਜਮਾਤ ਹੈ ਔਰ ਇਸ ਵੱਲ ਕੋਈ ਵੀ ਇਨੀਸ਼ੀਏਟਿਵ ਲਿੱਤਾ ਜਾਂਦਾ ਸਾਰੀ ਸਿੱਖ ਕੌਮ ਜਿਹੜੀ ਸੀਗੀ ਉਹ ਇਕਜੁੱਟ ਹੋ ਕੇ ਆਵਾਜ਼ ਚੁੱਕਦੀ ਸੀ, ਲੇਕਿਨ ਹੁਣ ਉਹਨਾਂ ਨੂੰ ਖੁਦ ਸਮਾਂ ਮੰਗਣਾ ਪੈ ਰਿਹਾ, ਨਹੀਂ ਤਾਂ ਪ੍ਰਾਈਮ ਮਿਨਿਸਟਰ ਖੁਦ SGPC ਨੂੰ ਖੁਦ ਸਮਾਂ ਦਿੰਦੇ ਸੀ ਕਿ ਸਾਨੂੰ ਮਿਲਿਆ ਜਾਵੇ ਅਤੇ ਜੋ ਵੀ ਪ੍ਰੋਸ ਕਰਾਤਾਂ ਨੇ ਉਹ ਦੱਸੀਆਂ ਜਾਣ। ਕੀ ਲੱਗਦਾ ਕਿ ਹੁਣ ਖਤਮ ਹੁੰਦੀ ਜਾ ਰਹੀ ਸ਼੍ਰੋਮਣੀ? ਦੇਖੋ, ਇਸੀ ਹਕੀਕਤ ਤੋਂ ਅਸੀਂ ਇਨਕਾਰੀ ਨਹੀਂ ਹੈਗੇ, ਸਾਡੀਆਂ ਸੰਸਥਾਵਾਂ ਕਮਜ਼ੋਰ ਹੋਈਆਂ ਨੇ, ਬਹੁਤ ਸਾਰੇ ਕਾਰਨ ਨੇ, ਇਹ ਸੈਮੀਨਾਰਾਂ ਵਿੱਚ ਡਿਸਕਸ ਕਰਨ ਵਾਲੇ ਕਾਰਨ ਨੇ। ਸਾਡੀਆਂ ਸੰਸਥਾਵਾਂ ਕਮਜ਼ੋਰ ਹੋ ਚੁੱਕੀਆਂ ਨੇ, ਸਾਡੇ ਆਗੂ, ਧਾਰਮਿਕ ਆਗੂ, ਰਾਜਨੀਤਿਕ ਆਗੂ ਕਮਜ਼ੋਰ ਹੋ ਚੁੱਕੇ ਨੇ, ਸਵਾਰਥੀ ਹੋ ਚੁੱਕੇ ਨੇ। ਜੇਕਰ ਉਹ ਸਿਧਾਂਤਾਂ 'ਤੇ ਪਹਿਰਾ ਦਿੰਦੇ ਹੁੰਦੇ, ਤਾਂ ਮੈਨੂੰ ਲੱਗਦਾ ਹੈ ਕਿ ਫਰਵਰੀ 2024 ਚੱਲ ਰਹੀ ਹੈ ਔਰ ਇਹਨਾਂ ਨੇ 2015 ਦੇ ਵਿੱਚ ਸਿਧਾਂਤਾਂ 'ਤੇ ਪਹਿਰਾ ਦਿੰਦੇ ਹੋਏ ਇਹਨਾਂ ਦੀ ਨੌਕਰੀਆਂ ਗਈਆਂ ਸੀਗੀਆਂ। ਅੱਜ ਇਹਨਾਂ ਨੂੰ 9 ਸਾਲ ਹੋ ਗਏ, ਫਰਵਰੀ 2024 'ਚ ਇਹਨਾਂ ਦੀ ਰਿਟਾਇਰਮੈਂਟ ਹੈ। ਇਹਨਾਂ ਨੇ ਕਿਸੇ ਕੋਲ ਜਾ ਕਰਕੇ ਠੂਠਾ ਮੰਗ ਕੇ ਕੁਝ ਮੰਗਿਆ ਨਹੀਂ, ਸਿਧਾਂਤਾਂ ਦੇ ਉੱਤੇ ਪਹਿਰਾ ਦੇਣ ਵਾਸਤੇ ਜਿਹੜਾ ਹੈ ਬਹੁਤ ਕੁਝ ਕੁਰਬਾਨੀਆਂ ਕਰਨੀਆਂ ਪੈਂਦੀਆਂ ਨੇ। ਅੱਜ ਸਾਡੇ ਧਾਰਮਿਕ ਆਗੂ ਸਿਧਾਂਤਾਂ 'ਤੇ ਪਹਿਰਾ ਨਹੀਂ ਦੇ ਰਹੇ, ਇਸੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦ ਕੋਈ ਇਸ ਪ੍ਰਕਾਰ ਦਾ ਰੋਸ ਪ੍ਰਗਟ ਕਰਦੀ ਹੈ ਤਾਂ ਇਹ ਸਿੱਖਾਂ ਦੇ ਨੋਟਿਸ ਵਿੱਚ ਨਹੀਂ ਆਉਂਦਾ। ਲੋੜ ਹੈ ਅੱਜ ਸਾਨੂੰ ਆਪਣੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ। ਮਨਜਿੰਦਰ ਸਿੰਘ ਸਿਰਸਾ ਵੱਲੋਂ ਜਿਸ ਤਰੀਕੇ ਰਕਾਬਦਨ ਸਾਹਿਬ ਗੁਰਦੁਆਰਾ ਪ੍ਰਤੀ ਬਿਆਨ ਦਿੱਤਾ ਗਿਆ, ਕਹਿੰਦੇ ਕਿ SGPC ਵੱਲੋਂ ਵੀ ਇਹ ਛਪਵਾਇਆ ਗਿਆ ਸੀ, ਉਸਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਮਨਜਿੰਦਰ ਸਿੰਘ ਸਿਰਸਾ ਦੇ ਕੋਲ ਨਾ ਜਿਹੜੀ ਅੱਖ ਹੈ ਨਾ, ਉਹ ਨਰਿੰਦਰ ਮੋਦੀ ਨੇ ਉਹਨੂੰ ਗਿਫਟ ਕੀਤੀ ਹੈ। ਉਹ ਉਸ ਅੱਖ ਦੇ ਨਾਲ ਵੇਖਦਾ ਹੈ ਜੋ ਉਹਨੂੰ ਮੋਦੀ ਅਤੇ ਅਮਿਤ ਸ਼ਾਹ ਨੇ ਗਿਫਟ ਕੀਤੀ ਹੈ। ਉਹਨਾਂ ਨੂੰ ਇਹ ਨਜ਼ਰ ਨਹੀਂ ਆਉਂਦਾ ਕਿ ਗਿਆਨ ਗੋਜੜੀ ਗੁਰਦੁਆਰਾ, ਮੰਗੂ ਮੱਠ, ਡਾਂਗ ਮਾਰ ਅਤੇ ਹੁਣ ਜੋ ਉੱਥੇ ਹਜ਼ੂਰ ਸਾਹਿਬ ਕਾਨੂੰਨ ਬਣਿਆ, ਇਹ ਨਜ਼ਰ ਨਹੀਂ ਆਉਂਦਾ, ਕਿਉਂਕਿ ਉਸ ਅੱਖ 'ਚੋਂ ਜਿਹੜਾ ਹੈ ਨਰਿੰਦਰ ਮੋਦੀ ਜੋ ਦਿਖਾਏਗਾ, ਨਰਿੰਦਰ ਮੋਦੀ ਜੋ ਕਹੇਗਾ ਉਹ ਹੀ ਬੋਲ ਸਕਦੇ ਨੇ। ਤਾਂ ਉਸ ਵਿਅਕਤੀ ਦੀ ਗੱਲ ਕਰਨ ਦਾ ਕੋਈ ਫਾਇਦਾ ਨਹੀਂ, ਕਿਉਂਕਿ ਉਸ ਵਿਅਕਤੀ ਨੇ ਅੱਜ ਤੋਂ 3 ਸਾਲ ਪਹਿਲਾਂ ਮੈਨੂੰ ਕਿਹਾ ਸੀਗਾ ਕਿ ਮੈਂ ਗੁਰਦੀਪ ਸਿੰਘ ਖੈੜਾ ਨੂੰ ਬੜੀ ਛੇਤੀ ਬੈਂਗਲੌਰ ਤੋਂ ਗੱਲਬਾਤ ਕਰਕੇ ਰਿਹਾਅ ਕਰਾ ਦਿਆਂਗਾ। ਤਾਂ ਉਹਦੀਆਂ ਗੱਲਾਂ ਜਿਹੜੀਆਂ ਨੇ ਉਹ 'ਤੇ ਯਕੀਨ ਨਹੀਂ ਕੀਤਾ ਜਾ ਸਕਦਾ।